ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਵੱਡੀ ਤੋਂ ਵੱਡੀ ਬਿਮਾਰੀ ਦੇ ਨਾਲ ਜਿੱਥੇ ਐਲੋਪੈਥੀ ਹੋਮੋਪੈਥੀ ਡਾਕਟਰ ਹੱਥ ਖੜੇ ਕਰ ਜਾਂਦੇ ਆ ਔਰ ਕਈ ਕਈ ਸਾਲਾਂ ਤੋਂ ਲੰਮੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਦਵਾਈਆਂ ਖਾ ਰਹੇ ਆ ਠੀਕ ਨਹੀਂ ਹੋ ਰਹੇ ਜਿਹੜੇ ਮਰੀਜ਼ ਉਹ ਇੱਕ ਵਾਰ ਸਾਨੂੰ ਪਿੰਡ ਡਸਕੇ ਦੇ ਵਿੱਚ ਐਤਵਾਰ ਨੂੰ ਮਿਲ ਸਕਦੇ ਹੋ ਪਹਿਲੇ ਦਿਨ ਤੋਂ ਤੁਹਾਡੀ ਬਿਮਾਰੀ ਦੇ ਵਿੱਚ 10% ਰਿਜ਼ਲਟ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਸੋ ਨਵਜ ਦਿਖਾ ਕੇ ਆਪਣੀ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਤੁਸੀਂ ਗਰੰਟੀ ਦੇ ਨਾਲ ਕਰਵਾ ਸਕਦੇ ਹੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸੋ ਅੱਜ ਜਿਹੜੀ ਬਿਮਾਰੀ ਦੇ ਵਿਸ਼ੇ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਬਹੁਤ ਹੀ ਜ਼ਰੂਰੀ ਸੀ ਬਹੁਤ ਨੌਜਵਾਨ ਵੀਰਾਂ ਦੇ ਫੋਨ ਆਉਂਦੇ ਸੀ ਬਹੁਤ ਜ਼ਿਆਦਾ ਫੋਨ ਆਉਣ ਕਰਕੇ ਬਹੁਤ ਜ਼ਿਆਦਾ ਜਦੋਂ ਮੈਨੂੰ ਮਿਲਦੇ ਆ ਉਦੋਂ ਵੀ ਇਸ ਗੱਲ ਨੂੰ ਸ਼ੇਅਰ ਕਰਦੇ ਆ ਤੇ ਬਿਮਾਰੀ ਦੇ ਵਿੱਚ ਸੰਗਣਾ ਨਹੀਂ ਚਾਹੀਦਾ ਜਿਸ ਨੂੰ ਕੋਈ ਵੀ ਬਿਮਾਰੀ ਹੈ ਤੇ ਇਸ ਕਰਕੇ ਜਿਹੜੇ ਰੋਗ ਨੂੰ ਤੁਸੀਂ ਦੱਸੋਗੇ ਉਹਦਾ ਹੀ ਇਲਾਜ ਹੋਏਗਾ ਸੋ ਸਾਰਿਆਂ ਨਾਲੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਹਿੱਸੇਦਾਰ ਨਹੀਂ ਬਣੇ ਸਾਡੀ ਟੀਮ ਦੇ ਵਿੱਚ ਹਾਜ਼ਰ ਨਹੀਂ ਹੋਏ ਤਾਂ ਉਹ ਜ਼ਰੂਰ ਲਾਲ ਬਟਨ ਦਬਾ ਕੇ ਨਾਲ ਘੰਟੀ ਵਾਲਾ ਬਟਨ ਦਬਾ ਕੇ ਸਾਡੇ ਚੈਨਲ ਦੇ ਹਿੱਸੇਦਾਰ ਬਣ ਜਾਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਨੌਜਵਾਨਾਂ ਦੇ ਵਿੱਚ ਇੰਦਰੀ ਦਾ ਟੇਡਾਪਨ ਛੋਟਾਪਨ ਜਾਂ ਜ਼ਿਆਦਾ ਬਚਪਨ ਦੀਆਂ ਗਲਤੀਆਂ ਕਾਰਨ ਆਪਣੀ ਇੰਦਰੀ ਨੂੰ ਬਹੁਤ ਹੀ ਕਮਜ਼ੋਰ ਢਿੱਲਾਪਨ ਆ ਗਿਆ ਜ਼ਿਆਦਾ ਪਤਲੀ ਜਾਂ ਜ਼ਿਆਦੇ ਟੇਡਾਪਨ ਆ ਗਿਆ ਜਾਦਾ ਕਮਜ਼ੋਰ ਹੋ ਗਈ ਬਚਪਨ ਦੀਆਂ ਗਲਤੀਆਂ ਕਾਰਨ ਤਾਂ ਉਹਦਾ ਗਰੰਟੀ ਦੇ ਨਾਲ ਮੈਂ ਤੁਹਾਨੂੰ ਇਲਾਜ ਦੱਸਣ ਲੱਗਿਆ ਵੈਸੇ ਤੇ ਆਪਾਂ ਪਹਿਲਾਂ ਇੱਕ ਨੁਕਸਾ ਤੁਹਾਡੀ ਝੋਲੀ ਦੇ ਵਿੱਚ ਪਾਇਆ ਸੀ ਮਾਪੁਰਸ਼ਾਂ ਵੱਲੋਂ ਦਿੱਤਾ ਹੋਇਆ ਮਹਾਰਾਜਿਆਂ ਵਾਲਾ ਬਹੁਤ ਲੋਕ ਉਹਦਾ ਫਾਇਦਾ ਲੈ ਰਹੇ ਆ ਬਹੁਤ ਫੋਨ ਆਉਂਦੇ ਆ ਬਹੁਤ ਸਾਡੇ ਤੋਂ ਦਵਾਈ ਲਜਾ ਲਾ ਕੇ ਠੀਕ ਹੋ ਰਹੇ ਆ ਜਿਨ੍ਹਾਂ ਦੇ ਕਈ-ਕਈ ਸਾਲਾਂ ਤੋਂ ਘਰ ਬਰਬਾਦ ਹੋ ਗਏ ਸੀ ਉਹ ਘਰ ਫਿਰ ਵਸ ਰਹੇ ਨੇ ਸੋ ਜਿਹੜਾ ਅੱਜ ਮੈਂ ਤੁਹਾਨੂੰ ਨੁਕਸਾ ਝੋਲੀ ਚ ਪਾਉਣ ਲੱਗੇ ਆ ਉਹ ਹੈ ਤੇਲ ਜੋ ਮਹਾਰਾਜੇ ਵੀ ਇਹ ਤੇਲ ਨੂੰ ਵਰਤਦੇ ਸੀਗੇ ਵੱਡੇ ਵੱਡੇ ਮੰਤਰੀ ਵੀ ਇਹ ਤੇਲ ਨੂੰ ਵਰਤਦੇ ਸੀਗੇ ਇਹ ਨੁਕਸਾ ਬਹੁਤ ਜ਼ਿਆਦਾ ਬਹੁਤ ਪੁਰਾਣਾ ਔਰ ਮਹਾਪੁਰਸ਼ਾਂ ਵੱਲੋਂ ਦੱਸਿਆ ਹੋਇਆ ਤੁਹਾਡੀ ਝੋਲੀ ਚ ਪਾਉਣ ਲੱਗੇ ਆ ਤੂਫਾਨੀ ਤੇਲਾ ਵੀ ਕਹਿ ਸਕਦੇ ਹੋ ਇਹਨੂੰ ਲਿੰਗ ਤੇ ਮਾਲਿਸ਼ ਕਰਨ ਵਾਲਾ ਤੇਲ ਸੋ ਬਹੁਤ ਹੀ ਜ਼ਿਆਦਾ ਜ਼ਬਰਦਸਤ ਤੇਲ ਬਣਦਾ ਹੈ ਬਿਲਕੁਲ ਡੈੱਡ ਨਾੜਾਂ ਨੂੰ ਖਤਮ ਹੋਈਆਂ ਨਾੜਾਂ ਨੂੰ ਬਿਲਕੁਲ ਗਰੰਟੀ ਦੇ ਨਾਲ ਚਲਾਉਣ ਵਾਲਾ ਇਹ ਨੁਕਸਾ ਹੈ ਜਿਹੜਾ ਇਹ ਵਰਤ ਕੇ ਠੀਕ ਨਾ ਹੋਵੇ ਮੈਂ ਸ਼ਟਾਮ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ 10 ਲੱਖ ਰੁਪਏ ਤੱਕ ਦਾ ਇਨਾਮ ਦੇਣ ਨੂੰ ਤਿਆਰ ਹਾਂ ਜਿਹੜਾ ਇਹ ਤੇਲ ਵਰਤ ਕੇ ਕਦੇ ਮੈਂ ਠੀਕ ਨਹੀਂ ਹੋਇਆ ਤਾਂ ਮੈਂ ਕਿਸੇ ਵੀ ਸ਼ਟਾਮ ਪੇਪਰ ਤੇ ਤੁਸੀਂ ਮੇਰੇ ਤੋਂ ਗਰੰਟੀ ਲਿਖਾ ਸਕਦੇ ਹੋ ਜੇ ਤੁਹਾਡਾ ਲਿੰਗ ਦਾ ਟੇਢਾਪਨ ਖਤਮ ਨਾ ਹੋਵੇ ਛੋਟਾਪਨ ਠੀਕ ਨਾ ਹੋਵੇ ਜਾਂ ਢਿੱਲਾਪਨ ਠੀਕ ਨਾ ਹੋਵੇ ਜਾਂ ਜਿਆਦੇ ਨਾੜਾਂ ਬਿਲਕੁਲ ਡੈੱਡ ਕਰ ਲੀਆਂ ਨੇ ਉਹ ਠੀਕ ਨਾ ਹੋਣ ਤਾਂ ਮੈਂ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ ਬਿਲਕੁਲ ਗਰੰਟੀ ਦੇ ਨਾਲ ਤੁਸੀਂ ਇਹ ਤੇਲ ਨੂੰ ਵਰਤੋ ਬਿਲਕੁਲ ਗਰੰਟੀ ਨਾਲ ਤੁਸੀਂ ਠੀਕ ਹੋਵੋਗੇ ਇਹਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਪਰ ਚੀਜ਼ਾਂ ਤੁਹਾਨੂੰ ਸਹੀ ਮਿਲ ਜਾਣ ਬਣਾਉਣ ਦਾ ਤਰੀਕਾ ਤੁਹਾਨੂੰ ਸਹੀ ਮੈਂ ਦੱਸ ਰਿਹਾ ਸੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਨੋਟ ਕਰ ਲਓ ਸਾਰਿਆਂ ਨਾਲੋਂ ਪਹਿਲਾਂ ਤੁਸੀਂ ਲੈਣਾ ਤਿਲਾਂ ਦਾ ਤੇਲ 100 ਗ੍ਰਾਮ ਇਸੇ ਤਰ੍ਹਾਂ ਜੈਤੂਨ ਦਾ ਤੇਲ 100 ਗ੍ਰਾਮ ਜੋਕ ਦਾ ਤੇਲ 100 ਗ੍ਰਾਮ ਬਦਾਮ ਤੇਲ 100 ਗ੍ਰਾਮ ਇਸੇ ਤਰ੍ਹਾਂ ਅਰੰਡ ਦਾ ਤੇਲ 100 ਗ੍ਰਾਮ ਸੂਰਜਮੁਖੀ ਦਾ ਤੇਲ 100 ਗ੍ਰਾਮ ਇਹ ਤੇਲ ਸਾਰੇ 100-100 ਗ੍ਰਾਮ ਲੈਣੇ ਆ ਤੁਸੀਂ ਇਸੇ ਤਰ੍ਹਾਂ ਦਾਲ ਚੀਨੀ ਦਾ ਤੇਲ 100 ਗ੍ਰਾਮ ਤੇ ਸਰੋਂ ਦਾ ਤੇਲ 100 ਗ੍ਰਾਮ ਇਹ ਤੇਲ ਲੈਣੇ ਆ ਤੁਸੀਂ 100-100 ਗ੍ਰਾਮ ਇਸੇ ਤਰ੍ਹਾਂ ਹੁਣ ਇਹਦੇ ਵਿੱਚ ਜਿਹੜੀਆਂ ਜੜੀ ਬੂਟੀਆਂ ਲੈਣੀਆਂ ਐ ਜੋ ਤੁਹਾਨੂੰ ਪंसारीਆਂ ਤੋਂ ਮਿਲਣਗੀਆਂ ਉਹ ਲੈਣੀਆਂ ਨੇ 50 ਗ੍ਰਾਮ ਅਕਰਕਰਾ ਕਨੇਰ ਦੀ ਜੜ 10 ਗ੍ਰਾਮ ਲੌਂਗ 10 ਗ੍ਰਾਮ ਮਾਲ ਕੰਗਣੀ ਦੇ ਬੀਜ 10 ਗ੍ਰਾਮ ਅਜਵਾਇਣ 10 ਗ੍ਰਾਮ ਕੁਚਲਾ 10 ਗ੍ਰਾਮ ਮਗਾ 10 ਗ੍ਰਾਮ ਤੇ ਜੈਫਲ 10 ਗ੍ਰਾਮ ਜਵਤਰੀ 10 ਗ੍ਰਾਮ ਕੇਸਰ 2 ਗ੍ਰਾਮ ਦਾਲ ਚੀਨੀ 10 ਗ੍ਰਾਮ ਰੇਗਮਾਹੀ 10 ਗ੍ਰਾਮ ਜੁੰਦ 10 ਗ੍ਰਾਮ ਹਿੰਗ ਅਸਲੀ 10 ਗ੍ਰਾਮ ਕਸਤੂਰੀ 1 ਗ੍ਰਾਮ ਇਹ ਚੀਜ਼ਾਂ ਤੁਸੀਂ ਇਹ ਤੇਲ ਦੇ ਵਿੱਚ ਥੋੜੀਆਂ ਜੀਆਂ ਮੋਟੀਆਂ ਪੀਸ ਲਿਓ ਬਾਲੀ ਬਰੀਕ ਨਾ ਪੀਸਿਓ ਕਿਸੇ ਦੌਰੇ ਦੇ ਵਿੱਚ ਕੁੱਟ ਕੇ ਦੁਫਾੜ ਜਾਂ ਕਰਕੇ ਤੇਲਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਉਬਾਲਾ ਦੇ ਲਓ ਜਦੋਂ ਤੇਲ ਉਬਲ ਗਏ ਉਦੋਂ ਅੱਗ ਬਿਲਕੁਲ ਸਲੋ ਕਰ ਦਿਓ ਇਹਦੇ ਥੱਲੇ ਇਹ ਸਾਰੀਆਂ ਜਿਹੜੀ ਬੂਟੀਆਂ ਨੇ ਜਿੰਨੀਆਂ ਵੀ ਇਹਨਾਂ ਸਾਰੀਆਂ ਨੂੰ ਦੋ ਫਾੜ ਜਾ ਕਰਕੇ ਬੜਾ ਬਰੀਕ ਨਾ ਪੀਸਿਓ ਥੋੜਾ ਜਿਹਾ ਕੁੱਟ ਕੇ ਜੇ ਤੇਲ ਦੇ ਵਿੱਚ ਸੜਦਿਓ ਤੇ ਤੇਲਾ ਨੂੰ ਉਬਲਣ ਦਿਓ ਜਦੋਂ ਇਹ ਤੇਲ ਘਟੋ ਘਟ ਉਬਲ ਕੇ ਅੱਧਾ ਹਿੱਸਾ ਰਹਿ ਗਏ ਉਦੋਂ ਇਹਨਾਂ ਨੂੰ ਉਤਾਰ ਲਓ 10 ਦਿਨ ਲਗਾਤਾਰ ਇਸੇ ਤਰ੍ਹਾਂ ਹੀ ਪਿਆ ਰਹਿਣ ਦਿਓ 11ਵੇਂ ਦਿਨ ਇਹਨੂੰ ਪੁੰਨ ਲਓ ਤੁਸੀਂ ਕਿਸੇ ਚੀਜ਼ ਦੇ ਨਾਲ ਫਿਰ ਸੀਸੀ ਚ ਪਾ ਕੇ ਰੱਖ ਲਓ ਇਹਦੀ ਸਵੇਰੇ ਤੇ ਸ਼ਾਮ ਦੋ ਟਾਈਮ ਲਿੰਗ ਦੇ ਉੱਪਰ 5-5 ਮਿੰਟ ਮਾਲਿਸ਼ ਕਰਨੀ ਹੈ ਹਲਕੀ ਉਦੋਂ ਬਾਅਦ ਪਾਣੀ ਨਾ ਲੱਗੇ ਮੈਂ ਗਰੰਟੀ ਛਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਅਗਰ ਤੁਹਾਡਾ ਲਿੰਗ ਛੋਟਾ ਰਹਿ ਜੇ ਜਾਂ ਠਿੱਲਾਪਨ ਰਹਿ ਜੇ ਜਾਂ ਟੇਡਾਪਨ ਰਹਿ ਜੇ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਆਂ ਨੂੰ ਇਹ ਪ੍ਰੋਬਲਮਾਂ 1% ਵੀ ਨਹੀਂ ਰਹਿਣਗੀਆਂ ਇਹ ਤੇਲ 3 ਮਹੀਨੇ ਲਗਾਤਾਰ ਵਰਤੋ ਜਿਨ੍ਹਾਂ ਨੂੰ ਇਹ ਲਿੰਗ ਦੀਆਂ ਇੰਦਰੀਆਂ ਦੀਆਂ ਪ੍ਰੋਬਲਮਾਂ ਨੇ ਸੋ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਅਸੀਂ ਇਹ ਤੇਲ ਵੀ ਦਿੰਨੇ ਆ ਜਿਹੜਾ ਮਹਾਰਾਜਿਆਂ ਵਾਲਾ ਨੁਕਸਾ ਦੱਸਿਆ ਸੀ ਉਹ ਵੀ ਬਣਾ ਕੇ ਦਿੰਨੇ ਆ ਬਾਕੀ ਹਰ ਬਿਮਾਰੀ ਦੀ ਦਵਾਈ ਆਪਾਂ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਨਵਜ ਦੇਖ ਕੇ ਦਿੰਨੇ ਆ ਕੀ ਆਪ ਆ ਸਕਦੇ ਹੋ ਜਾਂ ਹੋਰ ਤੁਹਾਡੇ ਰਿਸ਼ਤੇਦਾਰੀਆਂ ਚ ਕਿਤੇ ਤੁਹਾਡੇ ਯਾਰ ਮਿੱਤਰਾਂ ਨੂੰ ਪਿੰਡ ਚ ਕੋਈ ਜਿਆਦਾ ਗੰਭੀਰ ਬਿਮਾਰ ਹੈ ਠੀਕ ਨਹੀਂ ਹੋ ਰੇ ਉਹਨਾਂ ਨੂੰ ਅੱਗੇ ਦੱਸ ਸਕਦੇ ਹੋ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਸਕਦੇ ਹਾਂ ਹਰ ਐਤਵਾਰ ਨੂੰ ਸੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਸਾਡੇ ਨਾਲ ਜੁੜੇ ਹੋ ਜਿਨ੍ਹਾਂ ਨੇ ਸਾਡੇ ਚੈਨਲ ਦੇ ਹਿੱਸੇਦਾਰ ਬਣੇ ਹੋ ਬਾਕੀ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਕੋਈ ਦੁਖੀ ਆ ਜਿਹੜਾ ਉਹ ਸੁਖੀ ਹੋ ਸਕੇ ਆਪਣਾ ਨੁਕਸਾ ਵਰਤ ਕੇ ਸੋ ਤੁਹਾਡਾ ਸਭ ਦਾ ਧੰਨਵਾਦ ਬਾਕੀ ਜਿੰਨੇ ਵਿਦੇਸ਼ਾਂ ਦੇ ਵਿੱਚ ਸਾਡੇ ਤੋਂ ਦਵਾਈਆਂ ਮਗਾ ਕੇ ਠੀਕ ਹੋ ਰਹੇ ਆ ਅੱਗੇ ਦੱਸ ਰਹੇ ਆ ਉਹਨਾਂ ਸਭ ਦਾ ਧੰਨਵਾਦ ਆਓ ਜੀ ਸਭ ਦਾ ਧੰਨਵਾਦ ਸਭ ਦਾ ਸਾਥ ਸਭ ਦਾ ਸੰਗ ਆਪਾਂ ਲੈ ਕੇ ਚੱਲੀਏ ਸਭ ਕੁਦਰਤ ਦੇ ਵਿੱਚ ਵਸਦੇ ਸੁਖੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ